मेरी गल सुनो ध्यान ना, तुसीं ना सारे काम छड्डो, पहले सिलंडर लैके आओ। यार मैनूं रोटी दी बड़ी भुख लगी आ, ते मैं की करां, टाइम लग जाणा वा, ते मैं कित्थों रोटी खावां फिर। दस रोटी ते बनाऊंगी, चुल्हा ते माड़ा मोटा मैनूं लब्भा आ, माउंटी जी च पिया ही इक अलग चुल्हा, ते हुण सिलंडर होऊगा ते मैं लाऊंगी। मेरा तरदा नूं इहनां नूं ही कही जांदे आ, भी रसोई च सानूं वी रोटी बणाउण दिया करो। ਕੀ ਪਤਾ ਅਗਲੀ ਹੁਣ ਰਸੋਈ ਚ ਵੜਨ ਦਊਗੀ ਕਿ ਨਹੀਂ ਵੜਨ ਦਊਗੀ, ਪੁੱਛਣਾ ਹੀ ਪਊਗਾ। ਹਾਂ ਚੱਲ ਵੇਨੀ ਬਣਾ ਕੇ, ਜ਼ਿਆਦਾ ਹੀ ਨਾ ਮੈਨੂੰ ਬੋਲਣ ਲੱਗ ਪਏ। ਚੱਲ ਬਣਾਉਣੀ ਮੈਂ ਫਿਰ, ਠੀਕ ਆ, ਤੁਹਾਨੂੰ ਟਾਈਮ ਲੱਗਣਾ ਵਾ। ਆਏ ਹਾਏ, ਅੱਛਾ ਬੈਂਕ ਦੇ ਕੰਮ ਗਏ ਜੇ, ਠੀਕ ਠੀਕ ਆ ਠੀਕ ਆ ਯਾਰ। ਇਹਦੇ ਕੰਮ ਜ਼ਰੂਰੀ ਹੈ ਨਾ, ਬੰਦਾ ਕੀ ਕਰੇਗਾ। ਮੰਮੀ ਚੁੱਪ ਕਰਕੇ ਬੈਠੇ ਜੇ, ਰੋਟੀ ਦਾ ਟਾਈਮ ਹੋ ਗਿਆ ਵਾ, ਬਣਾਵਾ ਫੁਲਕਾ ਲੈ ਕੇ ਆਵਾਂ ਰੋਟੀ। ਉੱਥੇ ਰੋਟੀ ਤੇ ਮੇਰਾ ਖਾਣ ਨੂੰ ਜੀ ਨਹੀਂ ਕਰਦਾ, ਰੋਟੀ ਵੱਲ ਤੇ ਮੇਰਾ ਧਿਆਨ ਹੀ ਨਹੀਂ ਜਾਂਦਾ, ਧਿਆਨ ਤੇ ਮੇਰਾ ਘਰ ਵੱਲ ਹੈ। ਵੀ ਕਿੰਨੇ ਚੰਗੇ ਸਾਂ ਆਪਾਂ, ਅੱਜ ਆਪਾਂ ਵਿਛੜ ਕੇ ਬਹਿ ਗਏ ਹਾਂ, ਉਹ ਉੱਧਰ ਬੈਠੀ ਆ, ਆਪਾਂ ਇੱਧਰ ਬੈਠੇ ਹਾਂ, ਹੈਂ ਅਤੇ ਕੀ ਰੋਟੀ ਖਾਣੀ, ਸਮਝ ਨਹੀਂ ਆਉਂਦੀ ਇਸ ਤਰ੍ਹਾਂ ਕਿਉਂ ਹੋ ਗਿਆ। ਹੈਂ ਦੱਸ ਵੀ ਰੋਟੀ ਕੀ, ਰੋਟੀ ਵੱਲ ਧਿਆਨ ਜਾਂਦਾ ਹੀ ਨਹੀਂ, ਧਿਆਨ ਹੀ ਇਹਨਾਂ ਵੱਲ ਜਾਂਦਾ ਕਿ ਦੋਵੇਂ ਭਰਾ ਸੀ ਇੱਥੇ ਮੇਰੀਆਂ, ਕਿਹੜੀਆਂ ਜਾਂਦੀਆਂ ਨੌਵਾਂ, ਦੋਵੇਂ ਤੁਸੀਂ ਹੈਗੀਆਂ ਸੀ, ਦੋਵੇਂ ਉਮਰੇ ਪੁੱਤ ਸੀਗੇ, ਅਤੇ ਚਾਰ ਜੀ ਤੁਸੀਂ ਅਤੇ ਇੱਕ ਮੈਂ, ਪੰਜ ਤਾਂ ਸਾਰੇ ਅਸੀਂ ਜੀ ਸਾਂ, ਅਤੇ ਪੰਜ ਜੀ ਵੀ ਅਸੀਂ ਪੁੱਤ ਵੱਖਰੇ ਵੱਖਰੇ ਹੋ ਕੇ ਬਹਿ ਗਏ, ਅਤੇ ਉੱਥੇ ਚਿੱਤ ਕਿਵੇਂ ਲੱਗੂਗਾ, ਮੇਰਾ ਤਾਂ ਦਿਲ ਹੀ ਨਹੀਂ ਲੱਗਦਾ। ਦੱਸ ਮੈਂ ਕੀ ਕਰਾਂ, ਰੋਟੀ ਵੱਲ ਕਿੱਥੋਂ ਖਾਵਾਂ ਰੋਟੀ। ਗੱਲ ਤਾਂ ਤੁਹਾਡੀ ਸਹੀ ਹੈ ਮੰਮੀ, ਰੋਟੀ ਖਾਣ ਨੂੰ ਤਾਂ ਵਾਕਈ ਦਿਲ ਨਹੀਂ ਕਰਦਾ, ਆਪਾਂ ਤਾਂ ਵੀ ਦੋਵੇਂ ਜਣੀਆਂ ਬੈਠੀਆਂ ਵਾਂ, ਅਤੇ ਸ਼ੰਮੀ ਵੱਲ ਵੇਖ ਲਓ ਜਿਹੜੀ ਇਕੱਲੀ ਬੈਠੀ ਆ, ਭਾਵੇਂ ਜੋ ਮਰਜ਼ੀ ਸਾਡੇ ਨਾਲ ਕਰਦੀ ਰਹੀ, ਪਰ ਹੈ ਤਾਂ ਸਾਡੇ ਨਾਲ ਇਕੱਠੀ ਸੀ ਨਾ। ਅਤੇ ਦੂਜੀ ਇਹ ਗੱਲ ਮੰਮੀ, ਰੋਕਿਆ ਤਾਂ ਤੁਸੀਂ ਬੜਾ ਸੀ ਸਾਨੂੰ ਕਿ ਨਾ ਹੀ ਵੱਖ ਹੋਵੋ, ਇਕੱਠੇ ਪਰਿਵਾਰ ਵਿੱਚ ਪਿਆਰ ਰੱਖੋ ਅਤੇ ਇਕੱਠੀਆਂ ਰਹੋ, ਪਰ ਇੱਕ ਉਹਨੇ ਜਿੱਦ ਫੜ ਕੇ ਬਹਿ ਗਈ ਸੀ ਵੀ ਮੈਂ ਵੱਖਰੀ ਹੀ ਹੋਣਾ ਵਾਂ। ਮੰਮੀ ਘਰਾਂ ਵਿੱਚ ਤਕਲੀਫ ਹੁੰਦੇ ਰਹਿੰਦੇ ਆ, ਚਲੋ ਠੀਕ ਆ ਮੇਰੇ ਨਾਲ ਵੀ ਕਰਦੀ ਸੀ, ਪਰ ਮੈਂ ਕਦੀ ਇਹ ਜਿੱਦ ਨਹੀਂ ਕੀਤੀ ਵੀ ਮੰਮੀ ਮੈਂ ਵੱਖਰੀ ਹੋਣਾ ਵਾਂ, ਅਤੇ ਉਹਨੇ ਤਾਂ ਇੱਕ ਜਿੱਦ ਹੀ ਫੜ ਲਈ ਆ, ਅਤੇ ਫਿਰ ਕੀ ਕਰਦੇ, ਵੱਖਰੇ ਤਾਂ ਹੋਣਾ ਹੀ ਪੈਣਾ ਸੀ ਸਾਨੂੰ। ਉਹ ਤਾਂ ਮੈਂ ਤਾਂ ਸੋਚਿਆ ਸੀ ਵੀ ਚੱਲ ਕੋਈ ਨਹੀਂ, ਜਿੱਥੇ ਦੋ ਭਾਂਡੇ ਹੁੰਦੇ ਆ ਉਹ ਖੜਕਦੇ ਹੀ ਖੜਕਦੇ ਆ, ਚੱਲ ਫਿਰ ਆਪਾਂ ਚੁੱਕ ਕੇ ਟਿੰਡ 'ਤੇ ਲਾ ਲੈਂਦੇ ਹਾਂ ਤਾਂ ਸੋਹਣੇ ਲੱਗਦੇ ਆ, ਕੋਈ ਗੱਲ ਨਹੀਂ ਲੜਦੀਆਂ ਜੇ, ਫਿਰ ਬੋਲ ਕਰਕੇ ਫਿਰ ਇਕੱਠੀਆਂ ਹੋ ਜਾਂਦੀਆਂ ਜੇ, ਉਹ ਵੀ ਆਪਣੇ ਭੈਣ ਭਰਾ ਇਕੱਠੇ ਰਹਿੰਦੇ ਆ, ਅਤੇ ਚਲੋ ਚੰਗੀ ਚਲੀ ਜਾਂਦੀ, ਮਗਰ ਤੁਸੀਂ ਜਿੱਦ ਫੜ ਲਈ। ਮੇਰਾ ਤਾਂ ਮਾਸਾ ਵੀ ਇੱਧਰਲੇ ਪਾਸੇ ਇਰਾਦਾ ਨਹੀਂ ਸੀ ਵੀ ਮੈਂ ਵੱਖੋ ਵੱਖਰੀ ਕਰਦਾ, ਮੈਂ ਆਪਣੇ ਬੱਚਿਆਂ ਨੂੰ ਵੱਖਰਿਆਂ ਹੁੰਦਿਆਂ ਵੇਖਾਂ, ਇੱਕ ਉੱਧਰ ਚਲਿਆ ਜਾਂਦਾ ਮੂੰਹ ਚੁੱਕ ਕੇ, ਇੱਕ ਉੱਧਰ ਚਲਿਆ ਜਾਂਦਾ, ਕੀ ਕਰਾਂ ਮੈਨੂੰ ਤਾਂ ਸਮਝ ਨਹੀਂ। ਗੱਲ ਹੈ ਮੰਮੀ, ਅੱਗੇ ਖੇਤਾਂ 'ਚ ਆਉਂਦਾ ਹੁੰਦਾ ਰਣਜੀਤ, ਅਤੇ ਸਿੱਧਾ ਇੱਧਰ ਆਉਂਦਾ ਹੁੰਦਾ ਜੀ, ਭਾ ਕੀ ਕਰਦਾ ਵਾ, ਉਹਨੇ ਆ ਕੇ ਦੱਸਣਾ ਖੇਤਾਂ 'ਚ ਅੱਜ ਮੈਂ ਆਹ ਕੀਤਾ, ਆਹ ਕੰਮ ਕਰਨ ਵਾਲਾ ਸੀ, ਆਹ ਛੱਡ ਆਇਆ ਵਾਂ, ਇਹ ਕੱਲ੍ਹ ਜਾਵਾਂਗਾ ਕਰਾਂਗਾ, ਇਹਨਾਂ ਨੇ ਆਪਣੇ ਦਫ਼ਤਰ ਦੀਆਂ ਕਰਨੀਆਂ, ਅਤੇ ਦੋਨਾਂ ਨੇ ਇਕੱਠੇ ਬਹਿਣਾ, ਅਤੇ ਫਿਰ ਕਹਿਣਾ ਰੋਟੀ ਲੈ ਆਓ ਅਤੇ ਆਪਾਂ ਰੋਟੀ ਖਾਂਦੇ ਹਾਂ, ਇਕੱਠੇ ਬਹਿ ਕੇ ਰੋਟੀ ਖਾਣੀ ਦੋਨਾਂ ਨੇ। ਜਿੱਦਣ ਦੇ ਵੱਖ ਹੋਏ ਆ ਨਾ, ਰਣਜੀਤ ਤਾਂ ਇੱਧਰ ਵਹਿੰਦਾ ਤੱਕਦੀ ਆ, ਜਦੋਂ ਆਉਂਦਾ ਨਾ ਪਿਆੜੀਆਂ 'ਚੋਂ ਸਿੱਧਾ ਲੰਘ ਜਾਂਦਾ ਵਾ, ਬਿਲਕੁਲ ਨਹੀਂ ਉਹ ਵੇਖਦਾ ਵੀ ਕੋਈ ਇੱਧਰ ਬੈਠਾ ਕਿ ਨਹੀਂ ਬੈਠਾ ਹੈਗਾ। ਮੈਨੂੰ ਆਪ ਬੜਾ ਹੁੰਦਾ ਵਾ, ਦੋਵੇਂ ਭਰਾ ਸੀ, ਦੁੱਖ ਸੁੱਖ ਕਰਦੇ ਸੀ, ਹੁਣ ਇਹ ਵੀ ਚੁੱਪ ਕਰਕੇ ਬੈਠੇ ਰਹਿੰਦੇ ਆ, ਅਤੇ ਉਹ ਵੀ ਬੈਠਾ ਰਹਿੰਦਾ ਵਾ। ਇਹ ਵੀ ਜਦੋਂ ਹੁੰਦਾ ਚੁੱਪ ਕਰਕੇ ਅੰਦਰ ਵੜ ਜਾਂਦਾ, ਸੀਮਾ ਰੋਟੀ ਦੇ ਦੇ ਖਾ ਲਾ, ਚੁੱਪ ਕਰਕੇ ਲੰਮਾ ਪੈ ਜਾਂਦਾ, ਨਹੀਂ ਤੀਡੀ ਛੇਤੀ ਕਦੀ ਲੰਮੇ ਨਹੀਂ ਸੀ ਪੈਂਦੇ ਹੁੰਦੇ, ਗੱਲਾਂ ਬਾਤਾਂ ਕਰਨੀਆਂ, ਹੱਸਣਾ ਖੇਡਣਾ, ਸਲਾਹਾਂ ਕਰਨੀਆਂ, ਫਿਰ ਲੰਮਿਆਂ ਪੈਣਾ। ਹੋਰ ਮੰਮੀ 12 ਵੱਜ ਜਾਂਦੇ ਹੁੰਦੇ ਸਾਡੇ ਘਰ ਗੱਲਾਂ ਕਰਦੇ, ਅਤੇ ਆਪਾਂ ਕਹਿਣਾ ਲੰਮੇ ਪੈ ਜਾਓ, ਇੰਨਾ ਟਾਈਮ ਹੋ ਗਿਆ, ਅਤੇ ਹੁਣ ਦਿਨ ਹੁਣ ਅਸੀਂ 10 ਵਜੇ ਲਾਈਟਾਂ ਬੰਦ ਕਰ ਦਿੰਦੇ। ਨਹੀਂ ਲੰਘਦਾ ਪੁੱਤ, ਦਿਨ ਹੀ ਨਹੀਂ ਲੰਘਦਾ, ਸਾਰਾ ਦਿਨ ਕੀ ਹੋ ਜਾਂਦਾ ਪਤਾ ਨਹੀਂ ਲੱਗਦਾ। ਸੀਮਾ ਪੁੱਤ, ਤੇਰੇ ਨਾ ਪਾਪਾ ਠੀਕ ਨਹੀਂ ਸੀ ਰਹਿੰਦੇ, ਅਤੇ ਮੈਂ ਨਾ ਉਹਦੇ ਕੋਲ ਬਹਿਣਾ, ਉਹਦੀ ਸੇਵਾ ਸੁਵਾ ਕਰਨੀ, ਖਾਣ ਪੀਣ ਨੂੰ ਦੇਣਾ, ਅਤੇ ਅਸੀਂ ਜਦੋਂ ਗੱਲਾਂ ਕਰਨੀਆਂ ਨਾ, ਤਾਂ ਉਹਨੇ ਮੈਨੂੰ ਬੜਾ ਹੀ ਸਮਝਾਉਣਾ ਕਿ ਰਾਜ ਮੇਰੀ ਸੁਣ ਗੱਲ, ਸਾਡੇ ਨਾ ਦੋ ਪੋਤੀ ਅਤੇ ਦੋਵੇਂ ਨੂੰਹਾਂ ਆਉਣੀਆਂ, ਅਤੇ ਇਹਨਾਂ ਨੂੰ ਨਾ ਵੱਖਰਿਆ ਨਾ ਹੋਣ ਦੇਈ, ਪਿਆਰ ਨਾਲ ਇਹਨਾਂ ਨੂੰ ਰੱਖੀ, ਕਦੀ ਮਾੜਾ ਚੰਗਾ ਨਾ ਬੋਲੀ, ਅਤੇ ਨਾ ਹੀ ਇਹਨਾਂ ਦੋਵਾਂ ਭਰਾਵਾਂ ਨੂੰ ਆਪਸ 'ਚ ਕਿਤੇ ਲੜਨ ਦੇਵੀ, ਨਾ ਵੱਖਰਿਆ ਹੋਣ ਦੇਵੀ, ਇੱਦਾਂ ਨਹੀਂ ਮੈਨੂੰ ਸਮਝਾਉਣਾ, ਅਤੇ ਮੈਂ ਕੀ ਦੱਸ ਕਰਾਂ, ਮੈਂ ਤਾਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਰੱਖਿਆ ਪੁੱਤ, ਆਹ ਤੂੰ ਆਈ ਹੋ, ਤੂੰ ਵੀ ਬੜੀ ਸੋਹਣੀ ਰਹੀ, ਤੂੰ ਵੀ ਮੇਰੇ ਨਾਲ ਬੜਾ ਪਿਆਰ ਕੀਤਾ, ਮੇਰੀਆਂ ਗੱਲਾਂ ਸੁਣੀਆਂ,
मेरे ना तू इस तरह रही भी जिस तरह मेरी तू धी होनी है नूह नहीं। तू बड़ा ही साथ दिता इन्ना दिता भी मैनू लगा ही नहीं भी मैं नूह व्याह के लिया है। ठीक है मैं इदा लगता ही भी मेरी धी है लगता पिछले जन्म की। चल सोहना टाइम लंघ गया मम्मी आख्या चल वधिया लंघी जाता कोई गल नहीं। अगों मैं फिर राणे का किया तो मैं चल राणा का विह कर देव वो तो मैं छड़ के चला गया मैनू ही सारा कुछ करना पैना फिर मैं राणे का ही विह करता। चल राणे की वोटी आई एक दिन होर दो दिन होर तीन दिन होर मैं चल हौली हौली चल नवी नवी आई है उधर का सुभाव होर हों इधर का मिलन वर्तन होर हों आपे सुधर जूगी मगर वह तो सुभाव ही पुत कला जा वो तो साढ़े च रली नहीं ना वो मेरे ना रली तो ना वो तेरे ना रली करद करवाद्या आप दो एक मैं कोशिश की थी भी तुही मैंने भी इन्ना घोल मिल जाओ ना मैनू ना पुछो पल तुम आपस मिल जाओ आपे तुम मैं दो मिल के पुछोगे मगर पुतू तेरना भी नहीं रली तो हौली हौली करती करती ने ना उन्हें घर खेरू खेरू करता अज आ दिन मैनू वेखने पै गए तो मैनू तेरे पापा की बड़ी याद आती पी है तो वह तो मैं इस तरह कह के गया है मगर मेरे ना उस तरह नहीं होया मैं वो गल नहीं पुगा सकी मैं इन्होंने कट्ठिया नहीं रख सकी अज ये वक्रे हो गए। मेरी सुनो गल मम्मी तुम इन्नी टेंशन कल तो लाई है इंज ना करो हूँ जो होना सी तो हो गया तो अपना ध्यान रखो ये ना हो बीमार पै जो तो मैनू कि सहारा वा मैं ढाडा ही सहारा वा जे तुहानू कुछ हो गया तो मैं की करांगी। नहीं नहीं पुत मैनू कहदा सारा ताडा ही आ मैं तो यह भी आनी हाँ भी वह भी ना ही रेंदे कोई नहीं जिते भांडे तो सी खड़कने से खड़के फिर कट्ठे हो जाओ मगर तुमने ऐसी इज्जत फड़ ली ऐसी इज्जत फड़ ली उन्हें सू अड करके ही छड़िया। चलो मम्मी की पता ओदे मन च मेहर पै जे तो फिर कट्ठी हो जाए चलो जे वो कहती है ना चार दिन पका लाँ तो वक्रिया की पता उन्होंने नसीहत मिल के तो फिर आ जाए कई बंदा जिहड़ा परिवार विचों गया होए ना कल्ला नहीं रह सकता तो उन्हें कल पुनः महसूस हो दिया मैं उहदे चेहरे तो वेखिया वा मैनू लगन दिया वा जिवें उन्होंने ना लगन दिया भी मैं गलती की आ तो मैनू लगता वा भी वह फिर साढ़े परिवार विच इकट्ठी हो जाएगी। मगर वेख आप दोवां ने तिन्नां ने रोटी खा ली उन्होंने तो रोटी भी नहीं खाधी उन्हें राणा चल गए खेते वो तुरी फिरदी है कभी उधर वेदी कभी उधर दिंदी भी रसोई च भी नहीं वड़ंदी भी मैं पकावा चुला चक्का भी मेरे को है। नहीं मम्मी सवेर की तो आप ही खाने होंगे वह तो वैसे भी नहीं खाती होंगी वह तो दोपहर में खाती होंगी हूँ मैं पकाने लगी ढाडे वास्ते फुलका तो कोई नहीं भी टाइम होया उन्हें भी अपनी रोटी पका के खा लेनी है तो चिंता ना लो कुछ नहीं होंगे हम मैं ढाडे वास्ते ना रोटी बना के लिया हाँ तो वो भी खा लो हूँ भी मैं तो नहीं हाँ फिर मिल जाओ फिर रल जाओ पुत तुम इकट्ठिया हो जाओ मेरा जो चार साल है ना सौखे लंघ जाएंगे पुत ਏਦਾਂ ਤੁਹਾਨੂੰ ਮੈਂ ਵੱਖੋ ਵੱਖਰੀ ਵੇਖ ਕੇ ਨਾ ਮੇਰੇ ਤੇ ਨੂੰ ਬੜੇ ਹੌਲ ਪੈਂਦੇ ਨੇ ਬੜੇ ਡੋਲ ਪੈਂਦੇ ਉਧਰ ਤੁਰੀ ਫਿਰਦੀ ਤੂੰ ਇੱਧਰ ਤੁਰੀ ਫਿਰਦੀ ਮੈਂ ਚੁੱਪ ਕਰਕੇ ਬੈਠ ਕੇ ਸੋਚਦੀ ਨਹੀਂ ਕਦੀ ਉਹਦੇ ਬਾਰੇ ਵੀ ਨਹੀਂ ਕਦੀ ਉਹਦੇ ਬਾਰੇ ਵੀ ਨਹੀਂ ਕੀ ਕਰਾਂ ਦੱਸ ਮੈਂ ਸੀਮਾ ਤੈਨੂੰ ਪਤਾ ਮੈਂ ਨਾ ਉਹ ਕੰਮ ਨਹੀਂ ਸਾ ਕਰਨਾ ਚਾਹੁੰਦੀ ਵੰਡਣ ਵੰਡਾਉਣ ਦਾ ਉਦਣ ਉਹ ਵੀ ਇਹਨੇ ਜਿੱਦ ਕਰਕੇ ਭਾਂਡੇ ਵੰਡਵਾਏ ਢੇਰ ਲਿਆ ਤਾ ਲਾ ਕੇ ਮੇਰੇ ਲਾ ਕੇ ਮੈਂ ਕਿਸ ਤਰ੍ਹਾਂ ਦੇਣ ਡਈ ਸਾਂ ਆ ਲੈ ਤੂੰ ਆ ਲੈ ਤੂੰ ਮੈਂ ਵਿੱਚੋਂ ਨਹੀਂ ਦੇਣਦੀ ਹਾਂ ਮੈਂ ਉੱਤੋਂ ਉੱਤੋਂ ਹੀ ਕਰਨ ਡਈ ਹਾਂ ਇੰਨਾ ਮੇਰਾ ਮਨ ਦੁਖੀ ਸੀ ਨਾ ਉਦਣ ਵੀ ਆਰ ਬਾਜ ਮੰਮੀ ਆ ਦੇਣ ਵੇਖਣੇ ਸੀ ਮੇਰੀਆਂ ਨੂੰਹਾਂ ਨੇ ਮੇਰੇ ਨਾਲ ਰਲ ਕੇ ਨਹੀਂ ਸੀ ਰਹਿਣਾ ਤੇ ਮੈਂ ਜੋ ਭਾਂਡੇ ਵੰਡੇ ਕੀ ਭਾਂਡੇ ਥੋੜੇ ਵੰਡੇ ਮੈਂ ਤੇ ਆਪਣੇ ਆਪ ਨੂੰ ਵੰਡਦੀ ਰਹੀ ਵੀ ਲੈ ਲਓ ਕਿਹਨੇ ਲੈਣਾ। ਚਲੋ ਨਹੀਂ ਮੰਮੀ ਤੁਸੀਂ ਕੱਲ ਹੀ ਵੰਡਣਾ ਆਪਣੇ ਆਪ ਨੂੰ ਵੇਖੋ ਤੁਹਾਡੇ ਦੋ ਪੁੱਤ ਆ ਦੋ ਨੂੰਹਾਂ ਕਦੀ ਤੁਸੀਂ ਉਹਨਾਂ ਕੋਲ ਚਲ ਜਾਇਆ ਕਰੋ ਤੇ ਕਦੀ ਇੱਧਰ ਆ ਜਾਇਓ ਤੁਹਾਨੂੰ ਉਹਨੇ ਬਾਹਰ ਥੋੜੀ ਕੱਢ ਦੇਣਾ ਵਾ ਵੀ ਤੁਸੀਂ ਇੱਧਰ ਕਿਉਂ ਆਏ ਜੇ ਤੁਹਾਡਾ ਮਨ ਅਦਾਸ ਹੈ ਨਾ ਤੇ ਤੁਸੀਂ ਜਾਓ ਜਾ ਕੇ ਸ਼ੰਮੀ ਨੂੰ ਮਿਲੋ ਰਣਜੀਤ ਨੂੰ ਮਿਲੋ ਤੇ ਫਿਰ ਬਾਅਦ ਵਿੱਚ ਇੱਧਰ ਨੂੰ ਆ ਜਾਇਓ ਉਹ ਤਾਂ ਅਗਲਾ ਵੀ ਚਾਹ ਕਰੇ ਤੇ ਫਿਰ ਹੀ ਮੈਂ ਜਾਂਦੀ ਚੰਗੀ ਗੱਲ ਨਹੀਂ ਮੰਮੀ ਤੁਸੀਂ ਜਾਓਗੇ ਤੁਸੀਂ ਪਿਆਰ ਕਰੋਗੇ ਤੇ ਅਗਲਾ ਵੀ ਪਿਆਰ ਤੁਹਾਨੂੰ ਕਰੇਗਾ ਕੁਛ ਨਹੀਂ ਤਾਂ ਮੈਂ ਫੁਲਕਾ ਬਣਾ ਕੇ ਲਿਆਉਂਦੀ ਤੇ ਰੋਟੀ ਖਾਓ ਬਸ ਰੋਟੀ ਖਾ ਕੇ ਤੇ ਜਾਓ ਜਰਾ ਉੱਧਰ ਜਾ ਕੇ ਮਿਲ ਲਓ ਉਹਨੂੰ ਸ਼ੰਮੀ ਨੂੰ ਉਹਦੇ ਤੁਸੀਂ ਫਿਰਦੀ ਹੋ ਤੁਹਾਨੂੰ ਕਹੀ ਤੂੰ ਵੀ ਖਾ ਲਾ ਰੋਟੀ ਕੋਈ ਨਹੀਂ ਮੰਮੀ ਪੁੱਛ ਲਈ ਉਹਨੂੰ ਵੀ ਕੋਈ ਗੱਲ ਸਿਲੰਡਰ ਨਹੀਂ ਹੈਗਾ ਸਾਡਾ ਹਲੇ ਆਇਆ ਨਹੀਂ ਆ ਤੇ ਰਸੋਈ 'ਚ ਨਾ ਆਪਾਂ ਇਕੱਠੇ ਰੋਟੀ ਬਣਾ ਲਿਆ ਕਰੀਏ ਮਤਲਬ ਤੁਸੀਂ ਰੋਟੀ ਬਣਾ ਕੇ ਆਪਣਾ ਖਲਾਰਾ ਸਮੇਟ ਦਿਆ ਕਰੋ ਅਤੇ ਮੈਂ ਬਣਾ ਕੇ ਆਪਣਾ ਖਲਾਰਾ ਸਮੇਟ ਦਿਆ ਕਰਾਂ ਗੱਲ ਤਾਂ ਤੇਰੀ ਸਹੀ ਆ
ਪੱਗੇ ਕਨਾਰਾ ਚੁੱਕਣਾ ਨਾ ਫੇਰ ਬਣਾਈ ਭੁੱਲ ਕੇ ਕਹਿੰਦੀ ਹੁੰਦੀ ਆ ਕਰਦੀ ਹੁੰਦੀ ਤੇ ਬਾਅਦ ਚ ਮੈਂ ਕੱਪਦੀ ਹੁੰਦੀ ਆ ਬਣਾਉਣੇ ਤੇ ਬਣਾ ਲਾ ਫਿਰ ਮੈਂ ਮੰਮੀ ਦੇ ਬਣਾ ਕੇ ਦੇਣੇ ਤੇ ਇਹਦੇ ਦੋ ਹੀ ਪੱਕਣੇ ਆ ਮੈਂ ਸਾਰਿਆਂ ਦੇ ਬਣਾਉਣੇ ਆ ਜੇ ਕਹਿਣ ਦੀ ਆ ਚੁੱਕ ਤੂੰ ਵੀ ਕਲਾਰਾ ਤੇ ਫਿਰ ਚੁੱਕੂੰਗੀ ਨਾ ਜਦ ਯਾਰ ਮੈਂ ਕਹਿਣ ਤੇ ਦਈ ਆ ਕਹਿੰਦੀ ਹੁੰਦੀ ਆ ਪਰ ਕਰਦੀ ਹੁੰਦੀ ਆ ਅੱਜ ਮੈਂ ਵੇਖ ਲੈਨੀ ਭਲਾ ਕਿੰਨਾ ਕਲਾਰਾ ਚੁੱਕਦੀ ਹੈ ਮੇਰੀ ਗੱਲ ਸੁਣੋ ਸਾਡੀ ਰਸੋਈ ਆ ਜੀ ਉਧਰ ਬੜੀ ਨੀਗੀ ਸਾਡੀ ਰਸੋਈ ਆ ਜੇ ਬਣਨ ਵਾਲੀ ਆ ਉਹ ਹੌਲੀ ਹੌਲੀ ਬਣਾਵਾਂਗੇ ਆਪਾਂ ਕਿਹੜਾ ਨੋਟ ਜਮ੍ਹਾਂ ਕੀਤੇ ਤੁਹਾਡੇ ਅੰਦਰ ਰੱਖ ਰੱਖ ਕੇ ਨਹੀਂ ਜਮ੍ਹਾਂ ਕਿਉਂ ਨਹੀਂ ਕੀਤੇ ਹੈਗੇ ਵਾਧੂ ਕੀਤੇ ਰਣਜੀਤ ਨੇ ਜਮ੍ਹਾਂ ਤੂੰ ਫਿਕਰ ਨਾ ਕਰ ਇਹ ਨਾ ਸੋਚ ਵੀ ਕਿ ਵੱਡੇ ਭਰਾ ਨੂੰ ਦੇ ਦਿੱਤੇ ਆ ਵੱਡੇ ਭਰਾ ਨੂੰ ਕੱਖ ਨਹੀਂ ਬਣਾਇਆ ਵੱਡੇ ਭਰਾ ਨੇ ਆਪਣੀ ਕਮਾਈ ਰੱਖੀ ਜਿਹੜੀ ਥੋੜ੍ਹੀ ਬਹੁਤੀ ਕਿੱਥੇ ਕੀਤੀ ਆ ਸੀਮਾ ਦੀਦੀ ਜੋ ਕੁਝ ਹੈਗਾ ਸਾਂਝੇ ਘਰ 'ਚ ਤਾਂ ਲਾ ਦਿੰਦਾ ਰਿਹਾ ਵਾ ਕੀ ਰੱਖਿਆ ਉਹਨੇ ਸ਼ਮੀ ਉਹਨੇ ਕੁਝ ਰੱਖਿਆ ਹੁੰਦਾ ਨਾ ਤੇ ਅੱਜ ਕੱਢ ਕੇ ਵਰਤ ਲੈਂਦਾ ਮੈਨੂੰ ਇਹੋ ਕਹੀ ਜਾਂਦਾ ਲਿਆਉਂਦੇ ਸਿਲੰਡਰ ਲਿਆਉਂਦੇ ਸਿਲੰਡਰ ਚੁੱਲ੍ਹੇ ਤੇ ਬਣਾ ਲਾ ਮੇਰੇ ਕੋਲ ਨੀ ਉਹ ਫੂਲਕਾਂ ਵੱਜਦੀਆਂ ਚੁੱਲ੍ਹੇ ਤੇ ਬਾਅਦ ਚ ਬਾਹਰ ਨਾ ਗੱਲ ਨਾ ਬਾਹਰ ਬਸ ਇਹੋ ਹੀ ਕਹਿੰਦੀ ਆ ਵੀ ਉਹਨੇ ਵੱਡੇ ਨੇ ਜਮ੍ਹਾਂ ਕੀਤੇ ਵੱਖ ਹੋ ਕੇ ਵੀ ਨਹੀਂ ਤੈਨੂੰ ਚੈਨ ਹੈਗਾ ਰੋਟੀ ਪਕਾਉਣੀ ਹੈ ਨਾ ਤੂੰ ਚੁੱਪ ਕਰਕੇ ਪਕਾ ਲਾ ਮੋਦੀ ਮੇਰੇ ਨਾਲ ਜ਼ਬਾਨ ਨਾ ਸਾਂਝੀ ਕਰ ਚੱਲ ਬਣਾ ਕੇ ਤੇ ਆ ਜਾ ਬਾਹਰ ਨਾਲੇ ਇੱਕ ਰਸੋਈ ਵਰਤ ਨਹੀਂ ਨਾਲੇ ਗੱਲਾਂ ਕਰਨ ਦੀ ਸਾਨੂੰ ਦੋ ਦਿਨ ਹੋਏ ਨੀ ਕਿੱਡੀ ਰਸੋਈ ਦੀ ਮਾਲਕਣ ਬਣ ਗਈ ਹੈ ਤੈ ਨਹੀਂ ਮਾਲਕਣ ਜਾ ਦੀ ਨੂੰ ਰਸੋਈ ਦਿੱਤੀ ਜਾ ਬਣਾਓ ਤਿਆਰ ਕਰੋ ਤੇ ਬਣਾਓ ਆਪਣੀ ਰੋਟੀ ਕਰ ਲੋ ਜੀ ਨਸਬਾ ਖਲਾਰਾ ਵੇ ਜਿੱਦਾਂ ਮੈਂ ਕਿਹਾ ਅੱਗੇ ਬੜੀ ਰਸੋਈ ਕਿਤੇ ਸਾਫ਼ ਸੁਥਰੀ ਹੈ ਨਾ ਖਲਾਰਾ ਨਾ ਪਾ ਦੀ ਅੰਦਰਾਂ ਰਸੋਈ ਵੱਲ ਵੇਖਣ ਨੂੰ ਜੀ ਨਹੀਂ ਕਰਨ ਡਿਆ ਆ ਦੋਵੇਂ ਨੌ ਸੱਸ ਬੈਠੀਆਂ ਰਹਿੰਦੀਆਂ ਵਾ ਤੇ ਗੱਲਾਂ ਮਾਰਦੀਆਂ ਰਹਿੰਦੀਆਂ ਸਾਰਾ ਦਿਨ ਆ ਭਾਂਡੇ ਉੱਥੇ ਪਏ ਮਾਂਜੇ ਨਾਲੇ ਕੰਮ ਸਾਰਾ ਉੱਥੇ ਪਿਆ ਅਤੇ ਰਸੋਈ ਸਾਫ਼ ਕਰੀ ਅੱਜ ਜੇ ਤੂੰ ਚਾਹਵੇਂ ਨਾ ਵੀ ਮੈਂ ਤੇਰੇ ਭਾਂਡੇ ਮਾਂਜ ਕੇ ਜਾਵਾਂ ਸਾਰੇ ਦੋ ਰੋਟੀਆਂ ਪਕਾ ਕੇ ਉਹ ਨਹੀਂ ਮੇਰੇ ਕੋਲ ਹੋਣਾ ਮੈਂ ਤੇ ਆਪਣੀਆਂ ਰੋਟੀਆਂ ਪਕਾ ਕੇ ਇੰਨੀ ਸਲੈਬ ਸਾਫ਼ ਕਰਨੀ ਬਸ ਆਈ ਭਾਈ ਸਿਆਪਾ ਹੀ ਹੈ ਉਹਨੇ ਪਤਾ ਨਹੀਂ ਕਦੋਂ ਸਿਲੰਡਰ ਲਿਆਉਣਾ ਨਹੀਂ ਤੇ ਥੋੜ੍ਹੀਆਂ ਬਹੁਤੀਆਂ ਨਾ ਲੱਕੜਾਂ ਮੰਗਾਉਣੀ ਚੁੱਲ੍ਹੇ ਤੇ ਕੰਮ ਕਰ ਲਿਆ ਕਰਨਾ ਹੋਰ ਕੀ ਕਰਾਂ ਲੈ ਸੱਚ ਮੈਨੂੰ ਤੇ ਚੇਤਾ ਹੀ ਨਹੀਂ ਆ ਮੈਂ ਅਮਰਜੀਤ ਆਂਟੀ ਦੇ ਘਰੇ ਚਾਰ ਫੁਲਕੇ ਪਕਾ ਲਿਆਉਂਦੀ ਮੈਂ ਕੁਛ ਦੇਣ ਹੀ ਰਹਿਣਾ ਵਾ ਮੈਨੂੰ ਕੋਈ ਪਤਾ ਹੀ ਨਹੀਂ ਉਹਨੇ ਮੈਨੂੰ ਕੀ ਕਹਿਣਾ ਵੱਡੀ ਗੈਲ ਦਾ ਆਦਮੀ ਰਸੋਈ ਦਾ ਹੰਕਾਰ ਕਰੀ ਫਿਰਨ ਡਈ ਡੱਬੇ ਵਿੱਚ ਹੀ ਰੱਖ ਲੈਂਦੀ ਆ ਕੀ ਕਹਿ ਲੂਗੀ ਮੈਨੂੰ ਚੱਲ ਲੱਥ ਕੇ ਫੁਲਕੇ ਆ ਚਾਰ ਰਣਜੀਤ ਦੇ ਲਾਏ ਆ ਤੇ ਤਿੰਨ ਮੈਂ ਆਪਣੇ ਲਾਏ ਸੱਤ ਫੁਲਕੇ ਲੱਥੇ ਸਾਰੇ ਝੱਟ ਕੰਮ ਹੋ ਗਿਆ ਸਾਰਾ ਦਿਨ ਐਡੇ ਟੱਬਰ ਦੀਆਂ ਰੋਟੀਆਂ ਲਾਉਂਦੇ ਰਹੋ ਚਾਰ ਚਾਰ ਪੰਜ ਪੰਜ ਡੱਬਾ ਲੈ ਜਾਂਦੀ ਵਿਹਲਾ ਕਰਕੇ ਦੇਖੂੰਗੀ ਆਪ ਤੇ ਖਾਵਾਂ ਰੋਟੀ ਭੈਣ ਜੀ ਭੈਣ ਜੀ ਘਰੇ ਜੇ ਮੈਂ ਪੇਚਕਸ ਹੈਗਾ ਤੁਹਾਡਾ ਸਾਡਾ ਹੈ ਨੀ ਕਿਤੇ ਪਤਾ ਨੀ ਨਿਆਣੇ ਨੇ ਸੁੱਟ ਸਾਡਾ ਦਿੱਤਾ ਸੀ ਤੇ ਉਹ ਨਾ ਪੇਚ ਜੇ ਢਿੱਲੀ ਹੋਏ ਸੀਗੇ ਬੂਹੇ ਦੇ ਤੇ ਮੈਂ ਚੱਲ ਲੈ ਕੇ ਆਉਂਦੀ ਹਾਂ ਤੁਹਾਡਾ ਬੂਹਾ ਖੋਲਦਾ ਬੜਾ ਨਾ ਗੇਟ ਬਾਹਰ ਵਾਲਾ ਤਾਂ ਕਰਕੇ ਲੂਜ਼ ਹੋ ਗਏ ਹੋਣੇ ਆ ਕੋਈ ਨੀ ਦੇ ਦਿੰਦੀ ਮੈਂ ਲੱਭ ਕੇ ਦਿੰਦੀ ਹਾਂ ਜਦੋਂ ਪਤਾਉਣਾ ਜਾਣਾ ਫਿਰ ਖੁੱਲਣਾ ਹੀ ਆ ਤੈਨੂੰ ਥੋੜ੍ਹਾ ਸਾਰੀ ਜਿਹਾ ਟੁਕਾ ਲੈਂਦਾ ਚਲੋ ਬੈਠੋ ਤੀ ਮੈਂ ਲੱਭ ਕੇ ਦਿੰਦੀ ਤੁਹਾਨੂੰ ਤੇ ਪੁੱਤ ਰੋਟੀ ਟੁੱਕ ਲਾ ਲਿਆ ਵਾ ਮੈਂ ਤੁਹਾਨੂੰ ਦੱਸਣ ਨਹੀਂ ਉਹਨੇ ਫੁਲਕੇ ਬਣਾਏ ਆ ਤੇ ਬਸ ਰਸੋਈ ਸਾਫ਼ ਕਰਨ ਲੱਗੀ ਹਾਂ ਅੱਛਾ ਚਲੋ ਕੋਈ ਗੱਲ ਨਹੀਂ ਥੋੜ੍ਹੇ ਲਾਉਣੇ ਪੈਂਦੇ ਹੋਣੇ ਹੁਣ ਚਾਰ ਤੂੰ ਲਾਉਣੀਆਂ ਚਾਰ ਉਹਨੇ ਅੱਗੇ ਤਾਂ ਤੈਨੂੰ ਪਤਾ ਫਿਰ ਖਰਚਾ ਸੀਗਾ ਜਦ ਫੁਲਕੇ ਫੁਲਕੇ ਲਾਉਣੇ ਫਿਰ ਟਾਈਮ ਲੱਗ ਜਾਂਦਾ ਸੀ ਰਸੋਈ 'ਚ ਹੈ ਨਾ ਅਤੇ ਭਾਂਡਿਆਂ ਤੂੰ ਕੀਤੇ ਕਿ ਉਹਦੇ ਸਾਰੇ ਉਹਨੇ ਕੀਤੇ ਨਹੀਂ ਆਂਟੀ ਸਾਡੇ ਆ ਮੇਰੇ ਆ ਮੈਂ ਕਰਨਗੀ ਸਾਫ਼ ਬਸ ਮੈਂ ਤੇ ਮੰਮੀ ਅੰਦਰ ਬਹਿ ਗਏ ਹਾਂ ਗੱਲਾਂ ਕਰਨ ਆਪੇ ਹਾਂ ਅਤੇ ਉਹ ਬਸ
टाइम हो गया किन्ना तो मैं के सारे ना रोटी वाले दोपहर दे करने है ना ते सारे इकट्ठे कर दिनी है नाल ओ ला के ते अंदर चली गई हुई है हां उन्होंने बना के अपने खड़े अंदर हां ते ओनु भांडे ना की है ना नहीं आंटी ओने कादी मांजने भांडे मेरे भांडे ते मैं साफ करांगी ओने कानू करने है वेख ला पुत तू ज्यों आई कितना घर सांभ के रखिया ते वेख ला कल दी आई छोकरी ते मिंटो मिंटी कर पाड़ के रखता पुत तेरे वर्गियां धीआं होण कर कर ਉਹਦਾ ਕੀ ਆ ਉਹ ਮਾਸਾ ਕਿਤੇ ਭੋਰਾ ਪੜ੍ਹੀ ਲਿਖੀ ਹੋ ਜਾਂ ਕਿਤੇ ਮਾਸਾ ਭੋਰਾ ਕਿਤੇ ਪਿੱਛੋਂ ਤਕੜੇ ਕੀਤਾ ਹੋਣਗੇ ਕਿਤਰਾ ਅਤੇ ਕਿਤਰਾ ਉਹਨੇ ਤੁਹਾਨੂੰ ਐਂ ਅੱਡੋ ਵੱਡ ਪਾੜ ਕੇ ਰੱਖਤਾ ਕਿੰਨੀ ਤੁਹਾਡੀ ਸੁਲਾਹ ਆਈ ਕਿਤੇ ਰਾਣਾ ਲੱਕੀ ਕਿਤੇ ਸੂਈ ਨਹੀਂ ਸੀ ਲੰਘਦੀ ਅਤੇ ਚਲੋ ਕੋਈ ਗੱਲ ਨਹੀਂ ਹੈ ਨਾ ਜਦੋਂ ਆਉਂਦੇ ਹੁੰਦੇ ਨਾ ਜਦੋਂ ਇੱਕ ਜਣਾ ਘਰ ਚ ਆ ਜੇ ਮਾੜਾ ਅਤੇ ਫਿਰ ਪੁੱਤ ਕੰਮ ਸਾਰਾ ਹੋ ਜਾਂਦਾ ਅਸੀਂ ਤਾਂ ਬੜਾ ਪਿਆਰ ਦਿੱਤਾ ਅਤੇ ਇਕੱਠੇ ਕਿਹਾ ਵੀ ਰਹਿ ਪਰ ਰਹੀ ਨਹੀਂ ਅਸੀਂ ਕਿ ਚਲੋ ਸੋਚ ਸੀ ਵੀ ਮੈਂ ਵੱਖਰੀ ਹੋਣਾ ਵੇਖ ਲਿਆ ਉਹਨੇ ਵੱਖਰੀ ਹੋ ਕੇ ਕੋਈ ਨੀ ਦੋ ਚਾਰ ਦਿਨ ਪਕਾਏਗੀ ਕੀ ਪਤਾ ਉਹਦੇ ਮਨ ਮੇਰ ਪੈ ਜਾਵੇ ਤੇ ਫਿਰ ਸਾਡੇ ਨਾਲ ਖਾਣਾ ਹੀ ਨੀ ਪੁੱਤ ਉਹਨੂੰ ਆਇਆ ਸਗੋਂ ਚੰਗੀ ਹੁੰਦੀ ਤੇ ਖਾਂਦੀ ਹੈ ਕਿ ਨਹੀਂ ਕਮਾਈ ਤੇ ਉਹ ਵੀ ਉਹ ਨਹੀਂ ਕਰਨ ਡਿਆ ਉਹ ਵੀ ਉਹ ਨਹੀਂ ਕਰਨ ਡਿਆ ਤੇ ਕੀਤਾ ਇੱਡੀ ਉਹਨੇ ਕਾਹਦੀ ਘਮਰੂਰੀ ਚੜ ਗਈ ਵੀ ਮੈਂ ਦੋ ਦੋ ਵਾਢੀ ਹੋ ਜਾਵਾਂ ਇਸੇ ਕਰਕੇ ਪੁੱਤ ਆਉਂਦੇ ਆ ਨਾ ਕੋ ਘਰ 'ਚ ਮਾੜਾ ਆ ਜਾਵੇ ਅਤੇ ਨਾ ਘਰ 'ਚ ਕੋਈ ਜੰਮੀ ਪੁੱਤ ਵੇਖ ਲਾ ਆਈ ਆ ਅਤੇ ਬਾਹਰ ਤੁਹਾਨੂੰ ਖੇਰੂੰ ਖੇਰੂੰ ਕਰਦਾ ਉਹਦੇ ਕੀ ਵਸ ਵਾ ਕੀ ਪਤਾ ਕੀ ਲਿਖਿਆ ਤਾਂ ਉਹਦੇ ਕਰਮਾਂ 'ਚ ਬਰਿਆਈ ਸੀ ਉਹਨੇ ਸਾਰੀ ਬਰਿਆਈ ਆਪਣੇ ਸਿਰ ਲੈ ਲਈ ਤੁਸੀਂ ਤਾਂ ਚੰਗੇ ਭਲੇ ਰਹਿਣ ਡਿਆ ਨੂੰ ਸੱਸ ਕਿਤੇ ਦੋਵੇਂ ਭਰਾ ਕਿਤੇ ਸੂਈ ਨਹੀਂ ਲੰਘਦੀ ਉਹਨੇ ਆਣ ਕੇ ਪੜ੍ਹ ਕੇ ਤੁਹਾਡਾ ਖੇਰੂੰ ਖੇਰੂੰ ਕਰ ਦਿੱਤਾ ਘਰ ਚੱਲ ਪੁੱਤ ਕੋਈ ਗੱਲ ਨਹੀਂ ਤੂੰ ਸਿਆਣੀ ਆ ਸਮਝਦਾਰ ਆ ਮੈਂ ਤਾਂ ਤੈਨੂੰ ਸਮਝਾਉਣਾ ਉਹਦਾ ਨਹੀਂ ਮੇਰੇ ਨਾਲ ਹੀ ਨਾ ਹੈਗਾ ਉਹਦੇ ਮੂੰਹ ਤੇ ਉਹਦੀਆਂ ਤੇ ਮੇਰੇ ਮੂੰਹ ਤੇ ਮੇਰੀਆਂ ਉਹਦੇ ਨਾਲ ਨਹੀਂ ਹੈਗਾ ਜਿੰਨਾ ਪਿਆਰ ਤੇਰਾ ਉਹਦੇ ਨਾਲ ਹੈ ਨਾ ਸ਼ਾਇਦ ਹੀ ਕਿਸੇ ਨਾ ਹੋਵੇ ਦਵਾਈ ਨੂੰ ਪੇਟ ਕਸ ਲੱਭ ਕੇ ਹਾਂ ਭੈਣ ਜੀ ਬੈਠੀ ਆ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਮੈਂ ਤੇ ਨਾ ਪੇਟ ਕਸ ਲੈਣ ਆਈ ਹਾਂ ਕੀ ਹੋ ਗਿਆ ਪੇਟ ਕਸ ਕੀ ਕਰਨਾ ਉਹ ਬੂਹੇ ਦੇ ਪੇਜ ਜੇ ਢਿੱਲੇ ਤੇ ਮੈਂ ਨਾਲ ਫੜ ਕੇ ਲਿਆਉਣੀ ਨਾਲ ਮੈਂ ਵੇਖ ਕੇ ਆਉਣੀ ਮੇਰੀ ਭੈਣ ਕੀ ਕਰਦੀ ਕਰਨਾ ਕਿ ਬੈਠੇ ਆਰਾਮ ਨਾਲ ਆਹੋ ਤੇ ਮੈਂ ਰਸੋਈ 'ਚ ਵੇਖਣ ਨਹੀਂ ਖਲਾਰਾ ਜਿਹਾ ਮੈਂ ਕਿਹਾ ਕਿ ਤਾਂ ਬੜੀ ਸੋਹਣੀ ਸਾਫ਼ ਸਫਾਈ ਹੁੰਦੀ ਤੇ ਹੁਣ ਕੀ ਹੋ ਗਿਆ ਅੱਜ ਤਾਂ ਬੜਾ ਹੀ ਖਲਾਰਾ ਪਿਆ ਫੁਲਕੇ ਲਾਉਣ ਡਈਆਂ ਸਬਜ਼ੀ ਭਾਜੀ ਉੜਾਉਣ ਡਈਆਂ ਤਾਂ ਖਲਾਰਾ ਪਿਆ ਉਹੀ ਤਾਂ ਮੈਂ ਆਖਣ ਡੀ ਉਹਨੇ ਬਣਾਇਆ ਉਹ ਅਗਲੀ ਕਰਕੇ ਨਿਕਲ ਗਈ ਹੋਣੀ ਹੈ ਤੇ ਉਹ ਵਿਚਾਰੀ ਸਾਰਾ ਉਹਨੇ ਹੀ ਕਰਨਾ ਆਹੋ ਤੇ ਫਿਰ ਉਹਦੇ ਭਾਂਡੇ ਆ ਤਾਂ ਉਹਨੇ ਮੰਨਣੇ ਜਿਹਦਾ ਜਿਹਦਾ ਜਦੋਂ ਵਾਂਢੀ ਲਈ ਆ ਦੋਵਾਂ ਨੇ ਤਾਂ ਮੈਂ ਕਹਿ ਕੀ ਸਕਦੀ ਹਾਂ ਆਪੋ ਆਪਣਾ ਕਰੀ ਜਾ ਜੇ ਮੈਂ ਕੁਛ ਕਿਹਾ ਤਾਂ ਫਿਰ ਲੜਾਈ ਹੋ ਇਹੋ ਗੱਲ ਹੈ ਨਾ ਭੈਣ ਜੀ ਕੋਈ ਖਾਨਦਾਨ ਦੀ ਆਵੇ ਉਹਦੇ ਜੋੜ ਕੇ ਰੱਖਦੀ ਆ ਜਿਹੜੀ ਕੋਈ ਇਹੋ ਜਿਹੀ ਆ ਜੇ ਤੇ ਉਹ ਤੋੜ ਕੇ ਰੱਖ ਦਿੰਦੀ ਆ ਵੇਖ ਤੇਰੀ ਨੂੰਹ ਵੱਡੀ ਆ ਕਿੱਡਾ ਸਾਂਭ ਤੇ ਘਰ ਰੱਖਿਆ ਹੈ ਤੇ ਉਹਨੇ ਭੈਣ ਜੀ ਮਿੰਟ ਨਹੀਂ ਬਣਾਇਆ ਤੋੜ ਲੱਗੀ ਇਹੋ ਗੱਲਾਂ ਮੈਂ ਕਰਦੀ ਅੱਗੇ ਆਈ ਹਾਂ ਚੱਲ ਕੋਈ ਨਹੀਂ ਭੈਣ ਜੀ ਤੁਹਾਡੀ ਤਾਂ ਨੂੰਹ ਸਾਥੀ ਜੁੜਾ ਹੀ ਆ ਨਾ ਉਹ ਤੁਹਾਡੇ 'ਤੇ ਨਹੀਂ ਰਲੀ ਅਤੇ ਉਹਦੀ ਕਿਸਮਤ ਅਤੇ ਉਹ ਜਾਣੀ ਚਲਾ ਇਹ ਤਾਂ ਮੈਂ ਨਾ ਭੋਲੀ ਉਹਨੇ ਤਾਂ ਵੇਖ ਆਉਂਦੀ ਨਹੀਂ ਵੰਜਾਂ ਵਰਿਆ ਜਿਹੜੀਆਂ ਚੁੱਕ ਲਈਆਂ ਅਤੇ ਤੇਰੀ ਤੁਹਾਡੀ ਤਾਂ ਸੁਲਾ ਹੀ ਬੜੀ ਸੀ ਦੋਵਾਂ ਦੀ ਚਲਾਕ ਚੁਲੂਕ ਦਾ ਨਹੀਂ ਮਤਲਬ ਹੁੰਦਾ ਚਲਾਕ ਸਾਰੇ ਹੀ ਹੁੰਦੇ ਆ ਕਿਸੇ ਦਾ ਖਾਨਦਾਨ ਹੀ ਉਸ ਤਰ੍ਹਾਂ ਦਾ ਮਾਂ ਪਿਓ ਨੇ ਸਮਝਾਇਆ ਹੁੰਦਾ ਉਸ ਤਰੀਕੇ ਨਾਲ ਚੱਲਦੀਆਂ ਕਈ ਪੜ੍ਹੀਆਂ ਲਿਖੀਆਂ ਤੁਰਪੀਆਂ ਖਾ ਲਿਆ ਬਾਹਰੋਂ ਪਕਾ ਲਿਆ ਇੱਧਰ ਚੱਲ ਗਏ ਉਹ ਆਤਾ ਹੁੰਦੀਆਂ ਮੈਂ ਤਾਂ ਹੀ ਉਹ ਨਹੀਂ ਟਿਕਦੀਆਂ ਉਹ ਤੇਰੀ ਸੂਝਵਾਨ ਹੋਣੀ ਆ ਨਾਲੇ ਵੱਡੀ ਆ ਨਾਲੇ ਉਹ ਹੀ ਸਮਝਦਾਰ ਆ ਖਾਨਦਾਨੀ ਧੀ ਆ ਇਹੋ ਜਿਹੀਆਂ ਦਾ ਕੀ ਆ ਤੁਰਨਾ ਫਿਰਦਾ ਉਹ ਗੱਲ ਆ ਫਿਰ ਤੂੰ ਆਖਣਾ ਆਉਂਦੀ ਆ ਚੱਲ ਭੈਣ ਮੈਨੂੰ ਵੀ ਚੱਲ ਨਹੀਂ ਲਿਆ ਪੁੱਤ ਮਿਲ ਲਿਆ ਮੈਂ ਬਾਹਰ ਰੱਖ ਕੇ ਆਈ ਜੇ ਟੇਬਲ ਤੇ ਤੇ ਹੋਰ ਸੁਣਾਓ ਕੀ ਕਰਦੀ ਕਿੱਟੀ ਕਿੱਟੀ ਦੇ ਆਵੇ ਘਰ ਦਾ ਕਰਨ ਕੁਰਨ ਡਈ ਅਜੇ ਕੰਮ ਅੱਛਾ ਤੇ ਆਂਦੀ ਮੰਮੀ ਚੱਲ ਤੂੰ ਜਾਂ ਪੇਸ਼ਕਸ ਫੜ ਕੇ ਲਿਆ ਤੇ ਵਿਚਾਰੀ ਵੇਲਾ ਸਾਰੀ ਦਿਹਾੜੀ ਲੱਗੀ ਰਹਿੰਦੀ ਮੈਨੂੰ ਕੋਈ ਫਿਕਰ ਨਹੀਂ ਕਿੱਟੀ ਦਾ ਹੁੰਦਿਆ ਵੇਖ ਲਾ ਮੈਨੂੰ ਕਿਤੇ ਵੰਨ ਸੁਣਨਾ ਖਾਣ ਨੂੰ ਵੀ ਲਿਆ ਦਿੰਦੀ ਵੀ ਲੈ ਮੰਮੀ ਤੂੰ ਬੜੀ ਹੋਈ ਕਮਜ਼ੋਰ ਤੇ ਤੂੰ ਖਾਇਆ ਪੀਆ ਦਾ ਮੁੰਡਾ ਵਾ ਤੂੰ ਪਹਿਲੇ ਵਾਰੋਂ ਕਲਾਉਂਦਾ ਹੋ ਤੇ ਨੂੰਹ ਵੀ ਮੇਰੀ ਬੜੀ ਚੰਗੀ ਹੋ ਆ ਵੇਲਾ ਤੇਰੀ ਇਹਦੇ ਪਹਿਲੇ ਆਈ ਹੈ ਹੈ ਤੇ ਆ ਕਦੋਂ ਦੀਆਂ ਆਈਆਂ ਇਹ ਤੇ ਤੇਰੀ ਤਾਂ ਕਦੀ ਕੋਈ ਗੱਲ ਸੁਣੀ ਜਿੰਨੇ ਮਾੜੀ ਮੱਤ ਦਿੱਤੀ ਉਧਰ ਹੀ ਬਸ ਤੁਰ ਪਈ ਉਹ ਮਾੜੀ ਪੁੱਤ ਮੱਤ ਉਹਨੇ ਕਿਹਨੂੰ ਕਿਹਨੇ ਦੇਣੀ ਉਹਨੂੰ ਉਹਦਾ ਆਪਣਾ ਦਿਮਾਗ ਨੀ ਜਾਂ ਤੈਨੂੰ ਕਿਸੇ ਪਿੱਛੋਂ ਆਉਂਦਾ ਉਹ ਭੈਣ ਜੀ ਹੋਰ ਕਿਸੇ ਨੂੰ ਕੀ ਤੈਨੂੰ ਮੈਨੂੰ ਗਿਆ ਭਾਵੇਂ ਗਲੀ ਗੁਆਂਢ ਭਾਵੇਂ ਸਾਡੇ ਰਿਸ਼ਤੇਦਾਰ ਆਹ ਕਿਸੇ ਨੇ ਤਾਂ ਮੱਤ ਦਿੱਤੀ ਹੈ ਨਾ ਆਂਟੀ ਇਹ ਤਾਂ ਗੱਲ ਹੈਗੀ ਚੱਲ
चलो माते थोड़ी आ पी जे माड़ी दे इंदे सुनो सारिया दी पर दिमाग ते अपना वरतो ना अपनी मन दी दिमाग अपना काम करदा ही होगा ता ही उन्हें फैसला लिया कि मैं अड्डो हो जावा चलो छड्डो पढ़ी लिखी नू की करना जिन्हें घर ही वखरा करता जिन्हें दंद तो दंद नहीं आता मैं ताड़ी दुआ की सिफत करदी भी नौ सच कि सुई नहीं लंघदी ते ओ वेख कलदी आई कि चलो मैं चाह बना के लैनी पै जाओ चल कोई नहीं मैं पेट लैके जानी है अज मैं आख्या किटी नू तू बना जी ठंडी शरदाई बना चाह पी गर्मी लगती इस तरह का शरीर हो जाता बंद बुढ़े का जी करता कदी ठंडी चीज नदी तत्ती कर चल चंगा तुम दोवे नो दस बो करो अपना चाह पियो वापस कर जाके मिल गए ही बड़ाई मम्मी वेख लो शम्मी की बड़ाई करी जाती है जो उधर जाना ना उदो साडिया ही करी जानी मैं कहनी अमरजीत आंटी का कोई हाल नहीं हाल इधर इधर वैसे मनो चाहे ना मनो चम्मी वक करवाने थोड़ा बहुत हाथ इन्हों का भी है पता थोड़ा बहुत हाथ इन्हों का भी आना इन शो नहीं होने देंगे समझे कोई इन्हें पता पता तो सू सब कुछ आती की नहीं छो इधर उधर वेहती सी आने की कि दीदी नहीं कोई नहीं ਆਪਾਂ ਨਿਕਲੀਆਂ ਘਰੋਂ ਤੇ ਲੈ ਮਿਲਣ ਆਈ ਜਾਨ ਚਲੋ ਖਾਈ ਰੋਟੀ ਆਪਾਂ ਲਿਆ ਰੋਟੀ ਖਾਈ ਜਾ ਲੈ ਕੇ ਆਪਾਂ ਥੋੜੀ ਹੀ ਲਿਆ ਮੈਂ ਕੰਦਾ ਹੀ ਫੁਲਕਾ ਖਾਣਾ ਹੀ ਕਰਦਾ ਹੀ ਕਰਦਾ ਹੀ ਰੋਟੀ ਨੂੰ ਤੇ ਦਿਲ ਨਹੀਂ ਕਰਦਾ ਚਲ ਥੋੜੀ ਬਹੁਤੀ ਤੇ ਖਾਣੀ ਪੈਣੀ ਹੁਣ ਜੀਣ ਵਾਸਤੇ ਤੇ ਕੁਝ ਖਾਣਾ ਹੀ ਪੈਣਾ ਲੈ ਆ ਮੇਰਾ ਪੁੱਤ ਜਾ